ਵਾਸਤੇ ਹੀ ਮੇਰੇ ਭਾਈ ਹਬੀਬ ਨੂੰ ਨਾਲ ਬੱਚਿਆਂ ਮੁਖਲਸ ਦੋਸਤਾਂ ਦੇ ਨਾਲ ਸਲਾਮਤ ਇਹਨਾਂ ਦੇ ਬਜ਼ੁਰਗਾਂ ਦੇ ਮਾਲਕ ਜੰਨਤ ਦੇ ਵੀ ਦਰਜਾਤ ਮੇਰਾ ਕਰੀਮ ਅੱਲਾ ਮੇਰਾ ਰਹੀਮ ਅੱਲਾ ਜਿਹੜਾ ਬੰਦਾ ਆਮੀਨ ਨਹੀਂ ਪਿਆਖਦਾ ਉਸ ਅਜ਼ਾਦਾਰ ਨੂੰ ਆਮੀਨ ਆਖਣ ਦੀ ਤੌਫੀਕ ਦਿੱਤਾ। ਮਾਲਕ ਬੜਾ ਔਖਾ ਜਿਹਾ ਦੌਰ ਹੈ, ਬੜਾ ਕਠਿਨ ਜਿਹਾ ਦੌਰ ਹੈ। ਇਸ ਔਖੇ ਦੌਰ ਦੀ ਵੀ ਜ਼ਰੂਰਤ ਹੈ। ਮਾਲਕ ਅਸਾਂ ਵਾਰਸ ਰੱਖਦੇ ਹੋਇਆਂ ਵੀ ਬੇਵਾਰਸ ਹਾਂ। ਸਾਡੇ ਹਕੀਕੀ ਵਾਰਸ ਸਖੀ ਇਮਾਮ ਜ਼ਮਾਨਾ ਅਲੈਹ ਸਲਾਤੁ ਵਸਸਲਾਮ ਦਾ ਜਲ ਜ਼ਰੂਰ ਔਰ ਮੇਰਾ ਮਾਲਕ ਸਾਨੂੰ ਇਸ ਕਾਬਲ ਬਣਾ ਕੇ ਅਸਾਂ ਮਾਲਕ ਦੀ ਜ਼ਿਆਰਤ ਤੋਂ ਮੁਸ਼ਰਫ ਹੋ ਸਾਦਾਤ ਦੇ ਵਿਹੜੇ ਵਸਣ ਬਿਮਾਰ ਸੈਣ ਆਪਣੇ ਅਕਬਰ ਬਿਰਾ ਦਾ ਕਦਰ ਵਧੇ। ਅੱਲਾਹੁਮਾ ਸੱਲ ਅਲਾ ਮੁਹੰਮਦ ਵਾਲ ਮੁਹੰਮਦ ਵਾਜਿਰ ਫਰਜ ਆਲ ਮੁਹੰਮਦ ਨਾਰੇ ਤਕਬੀਰ ਮਾਸ਼ਾਅੱਲਾ। ਬਹੁਤ ਬੜਾ ਮਜਮਾ, ਕੋਸ਼ਿਸ਼ ਕਰੋ ਮੁਹੰਮਦ ਵਾਲੇ ਮੁਹੰਮਦ ਦੇ ਖਾਲਿਕ ਦਾ ਨਾਮ ਬੁਲੰਦ ਆਵਾਜ਼ ਦੇ ਨਾਲ ਤਿਲਾਵਤ ਫਰਮਾਓ। ਨਾਰਾਇ ਤਕਬੀਰ ਨਾਰਾਇ ਰਿਸਾਲਤ ਯਾ ਰਸੂਲ ਅੱਲਾਹ ਨਾਰਾਇ ਰਿਸਾਲਤ ਯਾ ਰਸੂਲ ਅੱਲਾਹ ਨਾਰਾਇ ਹੈਦਰੀ ਇੰਜ ਨਹੀਂ, ਸਾਰੇ ਮਿਲ ਕੇ ਕੁਰਾਨ ਖਤਮ ਕਰੋ, ਦੋਵੇਂ ਹੱਥ ਬੁਲੰਦ ਕਰਕੇ ਮਿਲ ਕੇ ਨਾਰਾਇ ਹੈਦਰੀ
اشرف اشرف الانبیاء والمرسلین نبی دی ذات بلند تر صلوات صلوات دا خرچ کٹ گیا ہے تے میں عرشاں تے چلیا لال انہاں میں نے السلام خیر ہوئے
ਇਹਨਾਂ ਜਿੰਨਾ ਲੜਨਾ ਹੈ, ਜਿੰਨੀਆਂ ਨਾਲ ਢੇਰ ਗੱਲਾਂ ਕਰਨੀਆਂ, ਉਹਨਾਂ ਮੈਂ ਲੰਬਾ ਹੋਣਾ। ਵਾਰੇ ਤੇ ਅੱਗੇ ਛੁੱਟ ਗਿਆ ਜਿਹੜੇ ਛੁੱਟਣ ਵਾਲੇ ਨੇ, ਬਾਨੀ ਦੀ ਜ਼ਿੰਦਗੀ ਹੋਵੇ ਇਹ ਜਾਣੇ ਤੇ ਮੈਂ ਜਾਣਾ। ਤੁਲੂਏ ਸੁਬਹੇ ਅਬਦ ਕੀ ਇਹ ਸ਼ਾਮ ਜ਼ਾਮਿਲ ਹੈ, ਮਿਲੇਗੀ ਖੁਦ ਯਕੀਨਨ ਕਲਾਮ ਜ਼ਾਮਿਲ ਹੈ। ਅਰਜ਼ ਕਰਾਂ ਹਮੇ ਨਿਜਾਤ ਕੇ ਚੱਕਰ ਮੇਂ ਡਾਲਨੇ ਵਾਲੋ, ਤੁਮ ਆਪਣੀ ਸੋਚੋ ਹਮਾਰਾ ਇਮਾਮ। ਜੀ ਨੌਕਰ ਆ ਮੌਲਾ ਰਜ਼ਾ ਤੇਰਾ, ਜ਼ਿਕਰ ਬਾਦਸ਼ਾਹ ਦਾ ਰੋਜ਼ਾ ਜੇ ਤੇਰੀ ਅੱਖਾਂ ਦੇ ਸਾਹਮਣੇ ਨਾ ਆਵੇ ਤੇ ਮੈਂ ਬਾਦਸ਼ਾਹ ਦਾ ਜ਼ਿਕਰ ਹੀ ਨਹੀਂ। ਮੈਂ ਉਂਝ ਹੀ ਪੜ੍ਹਨ ਲੱਗਾ ਜਿਵੇਂ ਅੱਠਵੇਂ ਸ਼ਹਿਨਸ਼ਾਹ ਦੀ ਜ਼ਰੀ ਦੇ ਸਾਹਮਣੇ ਖੜੇ ਹੋ ਕੇ ਮੈਂ ਇਹ ਕਸੀਦਾ ਪੜ੍ਹਿਆ। ਤੁਹਾਡੀ ਖੈਰਾਂ ਨੁਮਾਇਸ਼ ਨਹੀਂ ਕੀਤੀ, ਨੁਮਾਇਸ਼ ਕਰੀਏ ਤੇ ਇਬਾਦਤ ਇਬਾਦਤ ਨਹੀਂ ਜੇ ਰਹਿੰਦੀ। ਮੌਲਾ ਰਜ਼ਾ ਜ਼ਿਕਰ ਸੁਣਾਣਾ ਹੈ, ਅਸਾਂ ਤੇਰਾ ਜ਼ਿਕਰ ਸੁਣਾਣਾ ਹੈ। ਅੱਛਾ ਮੈਂ ਸੁਣਾਉਣਾ ਤੇ ਤੁਸੀਂ ਚੁੱਪ ਕਰਨਾ, ਮੈਂ ਸੁਣਾਉਣਾ ਤੇ ਤੁਸੀਂ ਸੁਣਨਾ। ਕਰੀਮ ਤੋਂ ਲੈ ਕੇ ਆਖਰੀ ਮਾਤਮੀ ਅਜ਼ਾਦਾਰ ਤੱਕ ਮੈਂ ਤੋਹਫ਼ਾ ਦੇਣ ਲੱਗਾ। ਇੱਥੇ ਆਉਣ ਦਾ ਮਕਸਦ ਬਿਆਨ ਕਰਾਂ ਤੇ ਤੁਹਾਡਾ ਕੀ ਖਿਆਲ ਹੈ? ਸਿਰਫ ਤੁਸੀਂ ਹੀ ਆਇਓ, ਅਗਰ ਮੇਰਾ ਸਾਥ ਦਿਓ ਤੇ ਮੇਰਾ ਦਿਲ ਆਪਣੇ ਪੀਰ ਭਾਈ ਨੂੰ ਵੀ ਨਾਲ ਮੈਂ ਸ਼ਾਮਿਲ ਕਰਾਂ। ਕਿਹੜਾ ਪੀਰ ਭਾਈ ਹੈ? ਤਵੱਜੋ ਕਰੇ ਹਰ ਕੋਈ ਆਇਆ ਕਰਨ ਯਾਰ ਸਦਕੇ ਹੋ ਜਾਵਾਂ। ਵਸਦੇ ਰਹੋ,
जी करा मुकरा एडी दूर मुकरा बिस्मिल्लाह करा हैदरी तोड़ी खरावान जिड़े जन्नत वे खायो बादशाह में शेर पढ़ना है जे ते मेरे मालिका का रोजा तुहानू नजर आवे फिर बोलना सर जावे ते वेखे मेरे पास अठवे शहनशाह दे इख्तियारात मैं पढ़न लगा हबीब साईं नू छुट्टी है बानी दी मजबूरियां भी तो होंगे ने ना जी वखरी गल मैं भी बानी हाँ ते मैं जिदा बानी हाँ कि सुभान अल्लाह दावत सारे तो पहले मैनू हुई है तो इश्तहार ना मेरा ही नहीं अभी ये इधर जरा सामने खलो के देखना मेरे पासे अगर तुसा प्यार दे विच इजाफा कीता तरह लौकना ते अपने मुर्शद अली अलैहिस्सलातु वस्सलाम दा पट्टिया दा कुत्ता बेवारस नहीं सच्चा दा मिंबर है मिंबर ते खड़े हो के मजीद मेहनत कर सा इन्नी मेहनत करनी है कि भाई मोहम्मद हुसैन शाह खलो जाना के जवाब कमाल सर चावे तेरे खे मेरे पास है अठवे शेख शादी जदा शेर पे पड़ता इख्तियार दसन लगा तवज्जो करे शेख शाह तू बिस्मिल्लाह करिए जनाब क्या हाल है जनाब मौला दा नौकर होने दा हक यही बनता है बिस्मिल्लाह करें ओ करमाले ओ परेशान हो गए जिते ले लो तुसी ए अठवें शहनशाह दी खसूसी दा के बिस्मिल्लाह करा मालिक किसे दा मोहताज ना करन जिन्हें दिता है अरशा दे रंग होवन जेडे जेबां घुट के बैठे हो तुहानू डबल बख्त होवन शेर सुनना तुहाडा गुलाम आ ते तुहाडी दात सब तो वड्डी मेरी दौलत है गुलाम आ शेर पढ़ रहे हैं शैन शाह तू जिथे मैं पढ़ता पिया नारा एक भी नहीं उथे गया मेरे सुर ना सुर मिलाना जे चैन शाह तू जो आज मंगना है सो आज
ਤੁਸੀਂ ਵਸਦੇ ਰਹੋ। ਚਲੋ ਸਾਰੇ ਵਾਰੇ ਤੇ ਨਹੀਂ ਪੜੇ ਜਾਣੇ, ਕੋਈ ਇੱਕ ਅੱਧਾ ਤੇ ਪੜ ਲਈਏ। ਬਿਸਮਿਲ੍ਲਾ ਅੱਗੇ ਬੜੀਆਂ ਮਸ਼ਹੂਰੀਆਂ ਹੋਣਗੀਆਂ ਨੇ। ਬਿਸਮਿਲ੍ਲਾ ਕਰ, ਮੌਲਾ ਤੁਹਾਨੂੰ ਸਲਾਮਤ ਰੱਖ, ਜਨਾਬ ਸੈਯਦਾ ਕਬੂਲ ਕਰਨ। ਬੜੀ ਮੁਸ਼ਕਲ ਆਇਆ ਨੇ, ਕਿਤੇ ਚਲੇ ਜਾ। ਸਦਕੇ ਜਾਵਾ, ਤੁਹਾਡੀਆਂ ਖੈਰਾਂ ਹੋਵਾਂ। ਵੇਖਣਾ ਮੇਰੇ ਪਾਸੇ, ਉਹ ਟੁਰ ਗਏ ਜਿਨ੍ਹਾਂ ਦੇ ਨਾਲ ਬੰਦੇ ਆਇਆ। ਕੁਝ ਸਮਝ ਆਈ ਜੇ? ਉਹ ਟੁਰ ਗਏ ਜਿਨ੍ਹਾਂ ਦੇ ਨਾਲ ਬੰਦੇ ਆਇਆ ਹਨ। ਬੰਦਿਆਂ ਦੀ ਸਮਝ ਨਹੀਂ ਆਈ ਤੁਹਾਨੂੰ? ਕਬਰ ਬੜੀ ਔਖੀ ਹੋ, ਕਬਰ ਬੜੀ ਔਖੀ ਹੋ। ਸਰਚਾ ਤੇ ਵੇਖ ਮੇਰੇ ਪਾਸੇ, ਤੇਰਾ ਨੌਕਰ ਆ, ਤੇਰਾ ਗੁਲਾਮ ਆ, ਮੇਰੇ ਸੋਰੀ ਖੜੇ ਹੋ ਗਏ, ਮਗਰ ਮੇਰਾ ਜੋ ਦਿਲ ਤੂੰ ਸੋਹਣਾ ਪਿਆ ਸੁਣਦਾ ਹੈ। ਅੱਠਵੇਂ ਸ਼ਹਿਨਸ਼ਾਹ ਦਾ ਉਹ ਸ਼ੇਰ ਬਣਾ, ਜਿਸ ਸ਼ੇਰ ਤੇ ਮੈਂ ਗੁੰਗਿਆਂ ਨੂੰ ਬੁਲਾਏ। ਜਨਾਬ ਸੈਕਟਰੀ ਸਾਹਿਬ ਅਲੀ ਉੱਲਾਹ, ਓਏ ਅਲੀ, ਨਸੀਬਾਂ ਵਾਲਿਆਂ ਨੂੰ ਨਸੀਬ ਹੁੰਦਾ ਜੇ। ਉਸ ਬੰਦੇ ਦੇ ਵਾਸਤੇ ਮੈਂ ਸ਼ੇਰ ਪੜਨ ਲੱਗਾ ਜਿਸ ਬੰਦੇ ਦਾ ਇਹ ਇਮਾਨ ਹੈ, ਕਬਰ ਦੇ ਵਿੱਚ ਮੌਲਵੀ ਨਹੀਂ ਮੌਲਾ ਆਣਾ ਹੈ। ਸਰ ਜਾਵੇ ਤੇ ਵੇਖੇ ਮੇਰੇ ਪਾਸੇ, ਤੇਰਾ ਗੁਲਾਮ ਆ, ਤੋਹਫਾ ਦੇਣ ਲੱਗਾ, ਬਹੁਤ ਬੜਾ ਸ਼ੇਰ ਪੜਨ ਲੱਗਾ, ਹੋ ਸਕੇ ਤਾਂ ਇਨਸਾਫ ਕਰੇ। ਅੱਲਾ ਦੀਆਂ ਨੌਕਰ ਬਣ ਕੇ ਸ਼ੇਰ ਪੜਨ ਲੱਗਾ, ਤਵੱਜੋ ਦੇ ਨਾਲ ਸੁਣੇ। ਅੱਲਾ ਦੀਆਂ ਮਰਜ਼ੀਆਂ ਤੇਰੀਆਂ ਰਜ਼ਾਵਾਂ ਨੇ, ਇਹ ਕਹਿਕਸ਼ਾਂ ਤੇਰੇ ਪੈਰਾਂ ਦੀਆਂ ਲਾਵਾਂ ਨੇ, ਇਨ੍ਹਾਂ ਲਾਵਾਂ ਉੱਤੇ ਅਸਾਂ ਦਿਲਾਂ ਕਰ ਲਵਾਂ ਜੀ, ਤੁਹਾਡੀ ਵੀ ਜ਼ਿੰਦਗੀ ਹੋਵੇ ਪਾਕ ਬੀਬੀ, ਸਾਰਿਆਂ ਦੀਆਂ ਡਿਊਟੀਆਂ ਕਬੂਲ ਕਰ। ਮੁਹੰਮਦ ਦੀ ਮੁਹੰਮਦ ਬੇਟੀ, ਬਾਨੀਆਨ ਤੋਂ ਲੈ ਕੇ ਜਿਤਨੇ ਅਜ਼ਾਦਾਰ ਹੋ ਜ਼ਾਕਰੀਨ ਸਮੇਤ, ਮੇਰੀ ਮਖਦੂਮਾ ਰਾਜ਼ੀ ਬੱਜਣ। ਪਾਕ ਬੀਬੀ ਉਸ ਵਕਤ ਰਾਜ਼ੀ ਆਉਂਦੇ ਜਦੋਂ ਬੰਦੇ ਸ਼ਖਸੀਅਤ ਤੇ ਦਾਦ ਨਹੀਂ ਦਿੰਦੇ। ਠੀਕ ਹੈ ਜੀ, ਐਸਾ ਹੀ ਹੈ। ਲਓ ਚਲੋ, ਜਿਹੜਾ
موضوع سامنے آ گیا تو بچوں نے آپ ہی بادشاہ کا خطبہ ہی کٹ چھڑیا ہے. بڑا اوکھا کام ہے, بڑا مشکل جہا پیغام ہے جڑا میں ہر علی ولی اللہ پڑھنے والے تک پہنچان لگا. بابا محمد حسین شاہ صاحب بیٹھے نے, بابا سکلین شاہ جی بیٹھے نے, پیچھے کھوسا صاحب بھی بیٹھے نے. ہاں جی بڑے عزادار روکتے ہیں کہ یہ پیغام بند کر, تو میں ایک گل ہی کرنا مرتے جانا ہے. جی مالکان کا ہو کے مریے مرن کا لطف دے آئے لکھ لکھ بسم اللہ کرا امداد انشاءاللہ جیندے رہے تو میں اٹھ ذی الحج حدیث ایک ساتھ ہے فوراً بعد. ٹھیک ہے نا جی, اور سچا نے ممبر دے وعدہ ہو گیا حدیث ایک کے ساتھ ہے بعد معافی پہلے پہلے نوکر مجمع کٹھا کر کے دے گا نا, وہ تیرا کام نہیں تو بہ, میں سادات کا نوکر ہاں نا, نوکر مجمع کٹھا کر کے دے گا تو اتو صحیح سردار پڑھ لگے. کی سونے فیصلے ہوئے نے جی. ہے لو جی تحفہ دین لگا, ویکھنا میرے پاسے پاک بی بی دا خطبہ پڑھن لگا, محمد دی محمد دھی دا خطبہ. تہاڈی دادی دا خطبہ پڑھن لگا. عزادار روک دین, ذاکرین روک دین, یار چھڑ دے لیکن میں پڑھتا. اس تو پہلے کہ میں خطبہ پاک شروع کراں, دو سطرہ تہاڈی امانت ہے. سیدہ کے پسینے کا جو ایک قطرہ گرا تھا. واہ 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 آؤ 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 بسم اللہ کرا تہاڈے ویٹ سی آؤ آؤ میری جان آؤ میری زندگی تہاڈی خیر ہوے. داد دینی چاہیے نا جی, جڑا مجمع چیر کے آوے حق ہے. بی بی کے پسینے کا جو ایک قطرہ گرا تھا. ڈی جی خان والے کتنا ادب سن دے, فیصلہ ہونے لگا بی بی کے پسینے کا. میں نام پاک نہیں جانتا, کم از کم میری اتنی اوقات نہیں جنہاں دے نوکر دا نام عباس ہوئے انہاں بی بی دا نام میں جا سکتا. سیدہ کے پسینے کا جو ایک قطرہ گرا تھا مشہور ہو گیا ہے وہ مریم کے نام سے. ہوئے 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 کون سلام ہے بسم اللہ کر لوں. ہر مجلس دے وچ تیرے نوکر دا یہ چیلنج ہوندا وے کہ میں سادات دا نوکر غلام ہاں سادات دا. سید فاہم ایک دن دا ہے میرا باپ ہے, سیدزادی ایک دن دی ہے میری ماں ہے میری سین ہے. تو پھر نوکر نو بابا محمد حسین شاہ جی سکلین شاہ جی پڑھنا کیویں چاہیے. لو ویکھو میرے پاسے تہاڈا نوکرا حجاب عصمت سے اذن لے کر میں شان بنت رسول لکھوں. سلام ہے تانوں بھائی. حجاب عصمت سے اذن لے کر میں شان بنت رسول لکھوں اور قلم کے اوپر نقاب دے کر ادب سے لفظ بطول لکھ. قلم کے اوپر نقاب دے کر ادب سے لفظ بطول لکھوں. ساری گل چھوڑن لگا جی, پاک بی بی دربار دے وچ کھڑے, محمد دی محمد دی دربار دے وچ کھڑے ہو کے جڑا ممبر تے بیٹھا ہی جنہیں لعنت نہیں
کیتی او دے تے ڈبل لانا جڑا ممبر تے بیٹھا ائی اس دے پاسے ویکھ کے میری مخدومہ گل کھڑی آکھی ابو جہل سے بے بڑا ہے تجھا ہے امام زمانہ تو کسی کا محتاج نہ کران تسا حق ادا کیتا ہے تحفہ دے رہے ہاں ہوں میں درمیان دے وچوں ہٹن لگا جڑا بندہ چپ رہا وہ بندہ جانے تے محمد دی محمد دھی جانے سر چاہ تے ویکھ میرے پاس میری سین ارشاد پہ فرمیندر ابو جہل سے بے بڑا ہے تجا ہے چپ کیوں ہو کمال ہے بھائی جڑا خطبہ پاک مخدومہ دا میں پہ پڑھدا کوئی نہ پڑھ سی تیرا غلام تحفہ پہ لے دا میری مخدومہ ارشاد پہ فرمیندر ابو جہل سے بے بڑا ہے تجا ہے ہمیشہ سلامت رہو سن پلیز میرے ہاتھ جڑے میں خطبہ پڑھن دے فقط خطبہ پڑھا ذاکرین بھی جلدی ہے مینو بھی جلدی ہے سر چا میں تے ویکھے میرے پاس تھوڑے تو سیانے دا دار جاگ تے کوئی نہیں اس تو چھوٹی گل میں نہیں کر سکتا یعنی شارٹ گل بہت بڑی ہے وزنی گل ہے صدیق دی تعریف کیا ہے نہیں ہے چنڈا لے سچا کہ مچا صدیق صاحب دی مجبوری پاس صدیق دے سامنے پہلے واقعہ ہوئے وہ اکھی نال دیکھے دیکھن دے بعد بیان کرے پھر وہ صدیق پھر وہ سچا تیری چپ دی قسم ہے صدیق اس واقعے دے بعد کیا ہوے نہ پہلے بیان کرے لکھ لکھ بسم اللہ کریے جی میرے واسطے نہ بولی محمد دی دھی دے واسطے ضرور بولے سرچا میں تے ویکھے میرے پاسے میری مخدومہ میری مالکہ میری خالقہ میری رازقہ جڑا ممبر تے بیٹھا ہی اس دے پاسے ویکھے میری مخدومہ دوسری بات پہ کر دن گل کیڑی دن مبالا کا میدان جس دن سجا تھا اگر تم سادق تو
ਗੱਲਾਂ ਕਰਾਂ, ਵੱਸਦੇ ਰਹੋ, ਸਲਾਮਤ ਰਹੋ। ਤੋਹਫਾ ਦੇਵਣ ਲੱਗਾ, ਪਿੱਛੇ ਨਾ ਹਟੀ, ਬਹੁਤ ਬੜੀ ਬਾਤ ਕਰ ਰਿਹਾ, ਮਸਲਾ ਹੱਲ ਪਿਆ ਕਰਦਾ, ਗੱਲ ਕਿਹੜੀ ਆ ਕਿ ਮੁਬਾਲਾ ਕਮੈ ਜਿਸ ਦਿਨ ਸਜਾਤਾ ਅਗਰ ਤੁਮ ਸਾਰੇ ਬੋਲ ਪੈਣ, ਬਸ ਤਰੇ ਕੁ ਜੀ ਰਹਿ ਗਏ ਨੇ, ਤਰੇ ਦਾਣੇ ਰਹਿ ਗਏ ਜਿਹੜੇ ਹੱਲੇ ਵੀ ਨਹੀਂ, ਇਨਸ਼ਾਅੱਲਾ ਹੱਲਣ ਵੀ ਕਦੀ ਨਾ। ਸਰਚਾ ਮੈਂ ਤੇ ਵੇਖੇ ਮੇਰੇ ਪਾਸੇ ਤੇਰਾ ਨੌਕਰ ਆ, ਤੇਰਾ ਖਾਦਮ ਆ ਬੇਟਾ। ਇੱਕ ਸਤਰ ਮੈਂ ਪੜ੍ਹਨ ਦਿਓ ਬਾਬਾ ਜੀ, ਇੱਕ ਸਤਰ ਇਕੱਲਿਆਂ ਪੜ੍ਹਦੇ ਆ, ਮਜ਼ਾ ਨਾ ਆਵੇ ਤੇ ਪੈਸੇ ਵਾਪਸ। ਡਬਲ ਐਵੇਂ ਸਦਕੇ ਜਾਵਾਂ, ਖੈਰਾ ਹੋਵਾਂ। ਸਾਰਚਾ ਤੇ ਵੇਖੋ ਮੇਰੇ ਪਾਸੇ ਤੋਹਫਾ ਦੇਵਣ ਲੱਗਾ, ਕਦਰਦਾਨ ਲੋਗੋ ਜਿਹੜਾ ਮਿੰਬਰ ਤੇ ਬੈਠਾ ਈ, ਉਹਦੇ ਪਾਸੇ ਵੇਖ ਕੇ ਮੇਰੀ ਮਖਦੂਮਾ ਇਰਸ਼ਾਦ ਫਰਮਾਇਆ, ਗੱਲ ਕਿਹੜੀ ਆ ਤੇ ਮੇਰੇ ਬਾਪ ਨੇ ਤੁਝ ਕੋ ਤਹਿਜ਼ੀਬ ਦੀ ਖੈਰ ਹੋਵੇ, ਵੱਸਦੇ ਰਹੋ ਸਲਾਮਤ। ਮੈਂ ਨੌਕਰ ਹਾਂ ਬਾਬਾ ਜੀ, ਸੈਯਦ ਹੋ ਤੁਹਾਡਾ ਗੁਲਾਮ ਆ, ਤੋਹਫਾ ਦੇ ਰਿਹਾ। ਸੈਯਦ ਨਾ ਬੋਲੇ ਤੇ ਕੌਣ ਬੋਲੇ, ਤੋਹਫਾ ਦੇ ਰਿਹਾ, ਵਸੂਲ ਕਰੋ। ਗੱਲ ਕਿਹੜੀ ਆ ਕਿ ਕਿਵੇਂ ਭਾਈ, ਮੇਰੇ ਬਾਪ ਨੇ ਮੌਜਦਾ ਵੇਖੀ ਹੋਣ ਲੱਗਾ, ਕਦਰ ਤਾਂ ਲੋਗੋ ਤੋਹਫਾ ਦੇ ਰਿਹਾ, ਗੱਲ ਕਿਹੜੀ ਆ ਕਿ ਮੇਰੇ ਬਾਪ ਨੇ ਸਮਝਦਾ।
ਦੀਆਂ ਧੀਆਂ ਦੇ ਪਰਦੇ ਆਵਣ ਕੋਈ ਜਲਦੀ ਲਈ ਮੈਂ ਫਜ਼ਾਇਲ ਛੋੜ ਦਿੱਤਾ نوکر دے ہاتھ جڑے کوئی مولا دمدا خان پڑھدا ترے گھنٹے کھڑوتی رہی امیر بن کے پیا سننا ہے تو تیرے واسطے چنا کوئی پڑھدا ہے چار گھنٹے کھڑوتی رہی جڑے بندے دی ہن تک ہائے نہیں نکلی برداشت نہیں کرنا پہاڑ مزہ